ਐ ਮਰ ਜਾਂਦਾ ਇਹਨੂੰ ਕਰੀਓ ਨਾ ਮੇਰੇ ਸਾਹ मैनूं भैणे ਸਤਿ ਸ਼੍ਰੀ ਅਕਾਲ मैं भी नहीं बोलती मेरे सर ते रख दे रख दे सर ते साले ने जुलूस कड रखे शर्म नी आंदी डब के मरने चारे नू गोलियां जहर दी गोली बुढ़े नूं लच्चा बुढ़ा धक्का मारियो लच्चा अमेजिंग ट्रेडिंग प्लेटफॉर्म के बारे दसन लगे जिदा नाम है बिनोमो ਇਹ ਐਪਲ ਸਟੋਰ ਤੇ ਪਲੇ ਸਟੋਰ ਦੋਨਾਂ ਦੇ ਉੱਪਰ ਅਵੇਲੇਬਲ ਹੈ ਇਹ ਬਿਲਕੁਲ ਲੀਗਲ ਹੈ ਜੇ ਇਹ ਲੀਗਲ ਨਾ ਹੁੰਦਾ ਤਾਂ ਇਹ ਐਪ ਸਟੋਰ ਦੇ ਉੱਪਰ ਨਾ ਹੁੰਦਾ ਮੈਨੇ ਇਹ ਐਪ ਰੀਸੈਂਟਲੀ ਹੁਣੇ ਚਲਾਉਣਾ ਸ਼ੁਰੂ ਕੀਤਾ ਹੈ ਇਸ ਦੇ ਉੱਪਰ ਮੈਂ 1500 ਡੇਲੀ ਤੋਂ ਲੈ ਕੇ 30000 ਰੁਪਏ ਮੰਥਲੀ ਤੱਕ ਅਰਨ ਕਰ ਲੈਣਾ ਜੇ ਮੈਂ ਅਰਨ ਕਰ ਲੈਣਾ ਤਾਂ ਤੁਸੀਂ ਕਿਉਂ ਨਹੀਂ ਕਰ ਸਕਦੇ ਇਸ ਵਿੱਚ ਆਪਾਂ ਅਲੱਗ-ਅਲੱਗ ਅਸੈਟਸ ਤੇ ਟ੍ਰੇਡ ਕਰ ਸਕਦੇ ਹਾਂ ਜਿਵੇਂ ਕਿ ਗੋਲਡ ਫੋਰਨ ਕਰੰਸੀ ਲਾਈਕ ਡਾਲਰਸ ਐਂਡ ਯੂਰੋ ਪਲੇਟਫਾਰਮ ਤੇ ਤੁਹਾਨੂੰ ਸਭ ਤੋਂ ਪਹਿਲਾਂ ਐਸੈਟ ਸਿਲੈਕਟ ਕਰਨੇ ਹੋਣਗੇ ਫਿਰ ਤੁਹਾਨੂੰ ਦੇਖਣਾ ਹੋਏਗਾ ਤੁਹਾਡਾ ਫੋਰਕਾਸਟ ਉੱਪਰ ਜਾ ਰਿਹਾ ਜਾਂ ਨਹੀਂ ਰੁਕੋ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਜਿਵੇਂ ਕਿ ਮੈਨੇ ਹੁਣ 700 ਰੁਪਏ ਟ੍ਰੇਡ ਅਪ ਦੇ ਉੱਪਰ ਲਗਾ ਦਿੱਤਾ ਤਾਂ ਦੇਖਦੇ ਹਾਂ ਕੀ ਬਣਦਾ ਹੈ ਤਾਂ ਮੇਰਾ ਫੋਰਕਾਸਟ ਸਹੀ ਨਿਕਲਿਆ ਤਾਂ ਹੁਣ ਮੈਂ ਆਪਣੀ ਅਮਾਉਂਟ ਨੂੰ ਬੈਂਕ ਜਾਂ Paytm ਰਾਹੀਂ ਵਿਦਡਰਾ ਕਰ ਸਕਦਾ 24 ਘੰਟਿਆਂ ਦੇ ਅੰਦਰ ਹਾਂ ਯਾਦ ਰਹੇ ਇਸ ਵਿੱਚ ਤੁਹਾਨੂੰ ਲਾਸ ਵੀ ਹੋ ਸਕਦਾ ਹੈ ਸੋ ਧਿਆਨ ਨਾਲ ਤੁਸੀਂ ਇੱਥੇ ਮਿਨੀਮਮ 350 ਰੁਪਏ ਟ੍ਰੇਡ ਕਰ ਸਕਦੇ ਹੋ ਜੇ ਤੁਸੀਂ ਮੇਰਾ ਪ੍ਰੋਮੋ ਕੋਡ ਯੂਜ਼ ਕਰੋਗੇ ਤਾਂ ਤੁਹਾਨੂੰ 350 ਦੇ ਡਬਲ ਮਿਲਣਗੇ ਯਾਨੀ ਕਿ 700 ਰੁਪਏ ਮਿਲਣਗੇ ਤਾਂ ਕੀ ਦਾ ਇੰਤਜ਼ਾਰ ਹੈ ਬਿਨੋਮੋ ਐਪ ਨੂੰ ਹੁਣੇ ਡਾਊਨਲੋਡ ਕਰੋ ਜਿਸ ਦਾ ਲਿੰਕ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਹੈ ਜੇ ਤੁਸੀਂ ਮੇਰੇ ਦਿੱਤੇ ਗਏ ਲਿੰਕ ਤੋਂ ਡਾਊਨਲੋਡ ਕਰੋਗੇ ਤਾਂ ਤੁਹਾਨੂੰ ਡੈਮੋ ਅਕਾਊਂਟ ਦੇ ਵਿੱਚ 65000 ਰੁਪਏ ਮਿਲਣਗੇ ਟ੍ਰੇਡਿੰਗ ਦੇ ਲਈ ਤਾਂ ਹੁਣੇ ਜਾਓ ਤੇ ਡਾਊਨਲੋਡ ਕਰੋ ਮੈਂ ਸਖਦੇਵ ਲਾਲਾ ਕੋਈ ਕਲੀ ਕੁਲੀ ਕੁਲਦੀਪ ਮਾਨਕ ਦੀ ਆ ਗਣਾ ਬਾਈ ਹੋਰ ਸ਼ਰਮ ਨਹੀਂ ਆਦੀ ਭੋਗਦੇ ਤੁਰਿਆ ਆ ਡੁੱਬ ਕੇ ਮਰਨਿਆ ਲਾ ਦੇ ਵੇ ਡਰਾਈਵਰਾਂ ਨੂੰ ਅਮਰਤਾ ਬਿਰਕ ਸ਼ਰਮ ਨਹੀਂ ਆਦੀ ਗਾਣੇ ਸੁਣਦੇ ਨੂੰ ਬੰਦ ਕਰ ਲਾਂਗੇ ਮੇਰੇ ਸਾਲ ਦੇ ਤੇਰੀ ਟੈ ਟੈ ਨਾਲ ਤਾਂ ਚੰਗੀ ਉਹ ਟੈ ਟੈ ਨਾਲ ਚੰਗੀ ਲੈ ਕੇ ਆਇਆ ਗਣੋਣੀ ਤੈਨੂੰ ਮਿਸ ਪੂਜਾ ਮੇਰੇ ਪੁੱਤਾਂ ਦੀ ਨੇ ਘੇਰ ਚੜ ਲਾਤੀ ਦੇਖ ਲਾਵਾਂ ਸੇ ਕਿਵੇਂ ਲੜਦੇ ਨੇ ਚੁੱਪ ਕਰ ਜਾ
ਇਹਨੂੰ ਮੈਂ ਚੁੱਪ ਕਰਾਈ ਮੈਂ ਵਿਚਾਰੇ ਫਸ ਗਿਆ ਨਾ ਯਾਰ ਦੰਨੇ ਮੇਰੇ ਸਾਹਮਣੇ ਕਿਉਂ ਨੂੰ ਕਹਿਣਾ ਡੱਬ ਕੇ ਮਰਦਾ ਚਾਰ ਨੂੰ ਕਹਿਣਾ ਉਹਨੂੰ ਕਹਿਣਾ ਕਹਿੰਦਾ ਮਾਰ ਨੂੰ ਮੇਰਾ ਸਾਰੇ ਦਾ ਛਾਪਾ ਹੋਇਆ ਪਿਆ ਉਹਦਾ ਵੀ ਕੁੱਤਾ ਕੰਨ ਕਰਾ ਦੇ ਮੈਨੂੰ ਅਸੀਂ ਕਾਹਨੂੰ ਮਰਨਾ ਤੂੰ ਆਪਣੇ ਲੱਛਣੀ ਆਪੇ ਜ਼ਹਿਰ ਖਾ ਕੇ ਮਰ ਜਾਣਾ उल्टियां लग रही ने तेल चढ़दा इनू जलेबिया बनाऊ जलेबिया सारे पिंड नू खवाऊ मर मर पर कुत्ते दी माता सा दुनिया मर दे तू नहीं मरदी लवे लग गर्मी में चाह दे तू तो चाहना मैं मर जमा लवे लवे लगो गर्मी है भेने मैं तो मरना ही होगी चल सकते हौली हौली चली चली मटियाले बाबे दी सौ है आठ टंकी ला टंकी ला दे टंकी ला ही मड़ी चल दी बबल होर उड़ा होना पाऊंगा बबल ला दे कटा संगतरे वालिया गोलियां लिया घरों चुक के मम्मी वो तो मैं भूल आई नी मैं मर जमा नी अपनी सरखी बिंदी लानी नी भुल गई तू मेरा तिल कटी जांदा कोई ना मम्मी अगे ला दांगे किते गड्डी रोक के सारे टक्कर ने लेखा ले आया मैं ड्रैग ला मैं ड्रैग ला रोक ला गड्डी मेरा तो दिल कच्चा कच्चा हुंदा मेनू उल्टी आंदी आ मम्मी इत्थे केड़ा दुकान ने कोई अगे ला दांगे रोक ना सकदे ओए एदा मेरे सार कहीं दे रत्ती रोणा ए मम्मी इधर हो जा ड्रैग ला रोक ला देखी मेरे उत्ते ना पहले कर दी उल्टी
मैं तेरी मां मेरा तलाक करा दो कागज भराओ भाई करा दे तेरा तलाक लत्तां ने करा दे तलाक तेरा माड़ी मुड़ी गलां बिजली खो कटती है जलूस कटे तेरा कसूर सारा यार मकान ड्रामा बन रखा लग
ਕਿਹੜਾ ਕੰਮ ਜਾਂ ਨਿਮੇੜ ਕੇ ਛੇਤੀ ਛੇਤੀ ਲੰਘ ਚੱਲੋ ਚੰਗਾ ਮੈਂ ਇਹਨੂੰ ਸੁਣੀ ਸੁਣੀ ਕਰਾਂਗੇ ਜਾ ਕੇ ਫਿਰ ਆਪਾਂ ਸੁਖਦੇਵ ਕਹਾਂ ਲਾ ਲਾ ਗੱਡੀ ਕਿਤੇ ਛਾਉਂ ਜੀ ਚ ਮੰਦਰ ਜਿੱਥੇ ਭੋਗ ਬਣੇ ਸੀ ਮੰਦਰ ਜੀ ਦੱਸਿਆ ਸੀ ਹੈ ਨੀ ਕੋਈ ਤਾਂ ਬੰਦੇ ਜਿੰਦਾ ਲੱਗਿਆ ਪਿਆ ਮਾੜਾ ਜਿਹਾ ਘੜੀ ਘੜੀ ਗੌਰ ਕਰੀ ਕਮੂਰ ਘਾਟ ਵਾਲਿਆਂ ਦਾ ਮੈਂ ਕਿਉਂ ਦੱਸਿਆ ਤਾਂ ਲੜੀ ਮੈਂ ਮੇਰੇ ਸਾਲੇ ਨੂੰ ਪਤਾ ਲੱਗੂ ਉੱਥੇ ਗੱਡੀ ਖਰਾਬ ਹੋ ਗਈ ਸੀ ਲੜਦੇ ਨੀ ਭਾਈ ਤੈਨੂੰ ਨੀ ਪਤਾ ਤੈਨੂੰ ਨੀ ਪਤਾ ਹੈਗਾ ਮੈਂ ਕਿਵੇਂ ਕਰਦਾ ਇਹਨਾਂ ਨੂੰ ਆਏ ਨੀ ਹੈਗਾ ਵੀ ਐਡੀ ਐਡੀ ਉਮਰਾਂ ਹੋ ਗਈਆਂ ਸਾਡੀਆਂ ਜਵਾਕ ਮੁੰਡਾ ਵਿਆਹ ਲਿਆ ਲੜਾਈ ਦਾ ਮੂੰਹ ਤਾਂ ਕਾਲਾ ਹੁੰਦਾ ਹੈ ਬੋਲੇ ਚੋਦੀ ਬੇਇੱਜ਼ਤੀ ਹੋ ਗਈ ਲਾ ਭੋਗ ਪੈ ਕੇ ਸਾਰਾ ਟੱਬਰ ਬਾਜਾ ਇਹਨੂੰ ਚਾਰੇ ਸ਼ਰਮ ਨਹੀਂ ਉਹਦਾ ਬੇਇੱਜ਼ਤੀ ਤਾਂ ਤੁਸੀਂ ਕਰਾਇਆ ਮੈਨੂੰ ਤਾਂ ਅੱਧੇ ਘੰਟੇ ਦਾ ਪਹਿਲਾਂ ਪੁੱਟਿਆ ਸੀ ਕਰੇ ਸਾਲ ਕੇ ਉਮੜਿਆ ਹੋਰ ਮੈਨੂੰ ਤਾਂ ਇਹਨੇ ਲੇਟ ਕਰਾਇਆ ਮੇਰੇ ਸਾਲਕਣੀ ਨੇ ਤੂੰ ਕਰਾਇਆ ਚੱਲ ਕੋਈ ਨਾ ਹਜੇ ਵੀ ਭੈਣ ਦੇ ਖਸਮ ਦੀ ਬੋਲਦੀ ਹੈ ਪੂਰੇ ਗੱਲ ਸੁਣ ਮੇਰੀ ਤੈਨੂੰ ਸ਼ਰਮ ਆਉਣੀ ਚਾਹੀਦੀ ਮੈਂ ਮੈਂਬਰ ਨਹੀਂ ਆ ਇਸ ਟਾਈਮ ਦੀ ਤੈਨੂੰ ਮੈਂ ਪੰਚਾਇਤ 'ਚ ਬੁਲਾ ਲੂੰਗੀ ਤਿੰਨ ਵਾਰੀ ਬਹੂ ਕੁੱਟਦੀ ਚੌਥੀ ਵਾਰ ਤੂੰ ਹੱਥ ਚੱਕਣ ਲੱਗ ਗਿਆ ਸੰਗ ਮੰਨ ਤੂੰ ਆਇਆ ਕਿਹੜੇ ਕੰਮ ਹੈਗਾ ਇਹਨੂੰ ਸੰਗ ਸ਼ਰਮ ਹੈਗੀ ਆ ਭਾਈ ਤੂੰ ਲੜਦਾ ਆ ਇਹਨੂੰ ਸੰਗ ਸ਼ਰਮ ਹੈਗੀ ਆ ਚੱਲ ਲੈ ਹੁਣ ਓਏ ਅਰਦੂ ਭਾਵੇਂ ਬੈਠ ਹੋਏ ਪੰਚਾਇਤ 'ਚ ਬੁਲਾਉਂਗੀ ਕੱਲ ਨੂੰ ਕਿਉਂ ਬੈਠੋ ਤਾਂ ਆਏ ਗੱਡੀ 'ਚ ਤੁਸੀਂ ਹੁਣ ਆਪਾਂ ਜਾਣਾ ਨਾ ਭੈਣ ਦੇ ਹੋਰ ਕੰਜਦਾ ਹੁਣ ਕੁੜੀ ਕੋਲੇ ਜਾਣਾ ਸ਼ਾਮ ਦਾ ਦੇ ਕੇ ਆਉਣੀ ਹੈ ਜਿਹੜੀ ਮੇਰੇ ਸਾਲਕਣੀ ਨੇ ਨਾ ਬਣਾਇਆ 70,000 ਨੂੰ ਪਤਾ ਮੱਥੇ ਮਾਰ ਕੇ ਆਉਣਾ ਹੁਣ ਉਹ ਤਾਂ ਜ਼ਰੂਰੀ ਆ ਭਾਈ ਫਰਜ਼ ਹੁੰਦਾ ਕੁੜੀ ਵਾਲਾਂ ਦਾ ਚੱਲ ਬੈਠ ਬੈਠ ਬੈਠੋ ਮਾਰਾ ਯਾ ਬੈਠ ਬੈਠ ਕਿਹੜਾ ਕੰਮ ਕਰਾਤਾ ਉੱਤੋਂ ਦੀ ਆ ਕੰਮ ਭਾਈ ਉੱਤੋਂ ਦੀ ਆ ਜਾਦੇ ਬਾਲੀ ਉੱਤੋਂ ਦੀ ਆ ਜਨਾਨੀ ਕੋਈ ਨਾ ਭਾਈ ਸਾਰਾ ਕੁਝ ਕਰ ਹੌਲੀ ਕਰ ਲੈ ਮੇਰਾ ਸਾਲੇ ਮੁੰਗਲ ਦਿੱਤੀ ਬੱਚਾ ਹੌਲੀ ਮਰ ਲਿਆ ਕਰ ਆ ਜਾ ਬੱਬੂ ਓਏ ਆ ਜਾ ਬੱਬੂ ਨਾਲੇ ਹੋਰ ਬੱਬੂ ਓਏ ਭਾਈ ਉਹ ਮੁਖਤਾਰ ਹੈ ਮੇਰੇ ਪਾਪਾ ਦਾ ਨਾਮ ਦੇਤਾ ਜੀ ਹਾਂ ਥਾਲ ਘੱਟ ਗਈ ਯਾਰ ਮੈਂ ਥਾਲ ਚੱਕਦਾ ਫਿਰਦਾ ਸੀਗਾ ਉਹ ਸਾਡੇ ਵਾਲੇ ਵੱਡੇ ਨੂੰ ਪੁੱਛ ਲਓ ਯਾਰ ਇੱਕ ਮੇਰੇ ਸਾਲ ਦੀ ਆਹ ਪਈਆ ਦੇਖ ਲੈ ਕਿਵੇਂ ਚਲਿੱਤਰ ਕਰਨ ਲੱਗ ਰਹੀ ਉਰੇ ਐ ਨੀ ਵੀ ਚਾਹ ਦੀ ਘੁੱਟ ਫੂਕ ਲਾ ਉਰੇ ਉਹ ਖੜੀ ਹੋ ਜਾ ਸਾਰੇ ਕਹਿੰਦੇ ਭੋਲੇ ਦੇ ਸਹੁਰੇ ਛਾਂ ਪਾਉਣ ਦੇ ਮਾਰੀ ਤੋਲੇ ਮੈਂ ਜਾਣਦਾ ਚੂਲੜ ਵਾਲੇ ਸਰਦਾਰਾਂ ਨੂੰ ਆ ਤੇਰਾ ਪਿਓ ਸਾਲ ਸਾਲ ਦਾ ਚਾਦਰਾਂ ਨੀ ਬਦਲਦਾ ਹੈਗਾ ਸਹੁਰੇ ਕੜਾ ਪਾ ਕੇ ਗਏ ਨੇ ਮੇਰੀ ਤਾਂ ਆਪਦੀ ਉਹਨੇ ਬੇਇੱਜ਼ਤੀ ਕਰਾਤੀ ਆ ਜਿਹੜੀ ਆਪਣੀ ਕਰਾਈ ਉਹ ਵੱਖਰੀ ਮੇਰੇ ਸਾਲ ਦੀ ਦੇਖ ਲਾ ਕਿਵੇਂ ਚਲਿੱਤਰ ਕਰਦੀ ਆ ਉੱਥੇ ਰੋਈ ਨੀ ਰੋਣ ਵਾਲੇ ਸਮੇਂ ਮੇਰੀ ਸ਼ਰੀਕ ਦੇ ਸਾਹਮਣੇ ਲੈ ਲਿਆ ਸੂਟ ਬਿੰਦੀ ਮੇਰਾ ਦੱਸਿਆ ਕਿੱਦਾਂ ਕਾਲਜਾ ਫੂਕਦਾ ਸੀ ਆਇਆ ਭਾਈ
छत्तर परेड होंगी रहे ना सूत रही है एडी दूर कुड़ी बैठी है कुड़ी मर गई उदो बछा लो पलिया बोलिया करो कहना खराब होगी तू कहना खताना डिग पी पंचर हो गया जो खराब होगी बुड़क के खताना चलेगी कर गया वे मेनू तेरी वाली याद आवे मैं मेरे साल कहीं कुड़म याद कर दी है जिवें तेरा रणवीर काल च पढ़ता हुंदा सी खर्जा गल कर लैण दे मेरे साल कहीं गल कर लैण दे कोई तेरा कंजर कलेस नहीं मुकदा एक प्रौणिया लेटता सी हो गए भाई मानते हैं गलती है तेरा भाई प्रोग्राम भी निबड़न पड़ गया तू ए दस हूं तेन शाम पाइए कि रहन दी इस हूँ की लड़ है की जी मेरी बेजती होनी होगी सारे पिंड ने देख लिया भी सर्वे शाम पाने मारी ने हूँ मैं दस किनू दिखाऊंगा उसे पर नहीं आया नहीं देखे शाम तक असं लेके आए तेरी भाई जे तू भाई बाला करता आप फोटोग्राफर मंगा लें फोटो करा ला हाँ फिर ऐ करो फोटो माड़ी जी बड़ी करा लो मैं गेट चला दूंगा इतने आने तेन दिखा देखू जो पिक्चर करते भी तेरे सिर्फ छाप पाने मारने है भी भाई आ देखो पा के गए मैं भी तू छाप पा प्रौने होर असं इतने बेइज्जती कर आना है अपनी पा छाप पा पा छाप प्रौने भी हम की सलाह करनी है सलाह नहीं करते तू छाप पा दे बरोबर द ਮਾੜੀ ਮੋਟੀ ਜੋ ਸਲਾਹ ਬਣੀ ਕਰਦਾ ਮੁੰਡਾ ਕਰ ਲੈਣ ਦੇ ਪੜਿਆ ਕੋਈ ਦੇਖਦਾ ਜੋ ਇਹਨੇ ਪੜਦਾ 40000 ਪੜਦਾ ਤੇਰੀ ਮਾਂ ਨੇ ਤਾਂ ਹਲਕਾ ਹੁਣ ਕਾਦੀਆਂ ਸਲਾਹਾਂ 40000 ਦੀ ਇਹਦਾ ਯਾਰ ਨੂੰ ਕਹਿੰਦਾ ਕਹੀ ਇਹਨਾਂ ਨੂੰ ਪੈਂਦਾ ਯਾਰ ਇਹਨਾਂ ਦਾ ਬੁੜਾ ਕਿਹੜਾ ਮੁੜੇ ਆਊਗਾ ਸਾਨੂੰ ਪਾ ਕੇ ਪਰਾਉਣਾ ਹੀ ਹੋਰ ਉਹ ਬੁੱਧੀ ਬੰਦੀ ਕਰੀ ਦੀ ਹੈ ਰਹਿਣ ਦਿੰਨੇ ਸ਼ਾਮ ਨੂੰ ਮੁੰਡਾ ਕਹਦਾ ਨਾ ਜੀ ਪਾ ਤੂੰ ਹੈ ਨਾ ਨਾ ਮੇਰੇ ਜਵਾਈ ਦਾ ਘਾਟਾ ਹੋਊਗਾ ਪਾਸ ਆਪ ਪਰਾਉਣੇ ਨੂੰ ਆਪੇ ਪਾ ਦੀ ਮੈਂ ਤਾਂ ਭੂਸਰਿਆ ਬੈਠਾ ਹੋਰ ਪਰਾਉਣਿਆ ਫਸਲ ਵਾਲੀ ਠੀਕ ਹੈ ਆਹੋ ਠੀਕ ਆ ਫਸਲ ਵਾਲੀ ਤੇ ਵਧੀਆ ਫਸਲ ਖਾਨਾ ਕਿੱਥੇ ਮੈਂ ਮੜ ਜਾ ਪਿਸ਼ਾਬ ਕਰਕੇ ਆਣਾ ਭਾਈ ਸ਼ੂਗਰ ਵਧ ਰਿਹਾ ਮੇਰਾ ਰੁੱਕਿਆ ਯਾਰ ਤੂੰ 20 ਵਾਰੀ ਤਾਂ ਆਇਆ ਹਲੇ ਤੈਨੂੰ ਫਸਲ ਖਾਨੇ ਨਹੀਂ ਪਤਾ ਲੱਗਿਆ ਹੈਗਾ ਕਰਦਾ ਤਾਂ ਇਹ ਪਹਿਲੀ ਵਾਰੀ ਆਣਾ ਓਏ ਉਹਦੀ ਆਇਤ ਲੈ ਪੁੱਤ ਥੋੜਾ ਦੇਣ ਬਹੁਤੀ ਮਿੰਤ ਦੇਖ ਬੀਬੀ ਹੁੰਦਾ ਮੈਂ ਗੁੱਸੇ ਦੀ ਚੱਲ ਤੂੰ ਕਹਿਣੀ ਆ ਮੈਂ ਫੜ ਲਈ ਤੇ ਸ਼ਾਪ ਹਾਂ ਫੜ ਲੈ ਮੇਰਾ ਪੁੱਤ ਉਹ ਦੇ ਦੋ ਨਹੀਂ ਸਾਬ ਗੁੱਸੇ ਰਹੋ ਜੀ ਉਹ ਨਹੀਂ ਕੋਈ ਨਹੀਂ ਪੁੱਤ ਮੁੜ ਜਾਂਦਾ ਕਿਹਾ ਹਾਂ
ਤੂੰ ਮੈਂ ਤਾਂ ਬਣਾਈ ਤੇਰੇ ਲਈ ਸਾਫ ਵਧੀਆ ਕਰਾਈ ਦੀ ਨਾ ਕਿਸੇ ਨੂੰ ਦਿਖਾਉਣ ਦੀ ਲੋੜ ਨਹੀਂ ਪੁੱਤ ਤੂੰ ਚੁੱਪ ਕਰਕੇ ਰੱਖ ਅੰਦਰ ਬੇਪਤ ਬੱਬੂ ਅਟੈਚੀ ਤਾਂ ਕਰ ਉਹਨੇ ਨੂੰ ਮੈਂ ਬਿੰਦਰੇ ਨੂੰ ਕੱਪੜੇ ਦਿਖਾ ਦਵਾਂ ਸਾਰੇ ਸਾਢੇ ਚਾਰ ਵੱਜ ਗਏ ਸੁਣੀ ਸੁਣੀ ਟਾਈਮ ਹੋਇਆ ਪਿਆ ਨਹੀਂ ਬਿੰਦਰੇ ਹਾਂ ਬੀਬੀ ਨਹੀਂ ਟੈਚੀ ਦੇ ਵਿੱਚ ਤੇਰੀ ਨਣਦਾਂ ਦੇ ਤੇ ਤੇਰੀ ਜਠਾਣੀ ਦੇ ਤਾਂ ਤੇਰੇ ਕੱਪੜੇ ਨੇ ਬੀਬੀ ਤਰ ਦੇ ਇੱਥੇ ਮੇਰਾ ਤੇ ਆਪ ਦਾ ਸਿਰ ਬਹੁਤ ਪੀੜ ਕਰਦਾ ਪਿਆ ਸ਼ਾਮ ਨੂੰ ਦਿਖਾ ਦੂੰਗੀ ਲੈ ਚਲੋ ਚੱਲੀਏ ਭਾਈ ਚੱਲ ਬਿੰਦਰੇ ਤੂੰ ਐ ਕਰ ਟੈਚੀ ਵੀ ਰੱਖ ਲੈ ਪਾਪਾ ਰੁਕ ਜਾ ਮੈਂ ਜਲੇਬੀਆਂ ਲੈ ਕੇ ਆਉਣੀ ਆ ਚਲ ਭਾਈ ਜਲੇਬੀਆਂ ਦਾ ਕੀ ਦੀ ਨਾ ਬਿੰਦਰੇ ਨੂੰ ਪੁੱਛ ਲੈਣਾ ਸੀ ਦਾਲ ਸਬਜ਼ੀ ਨਹੀਂ ਬੱਚੀ ਉਹ ਵੀ ਥੋੜੀ ਥੋੜੀ ਲਫਾਫਿਆਂ 'ਚ ਪਾ ਦਿੰਦੀ ਹੋਰ ਨਾ ਕਰੇ ਤੈਨੂੰ ਭੈਣ ਚੋਦ ਨੇ ਖੀਰੇ ਪਾ ਦੇ ਗਈ ਤੈਨੂੰ ਮੇਰੇ ਸਾਲ ਦੀ ਕੁੱਤੇ ਨਾਲ ਗੂੰਹ ਨਹੀਂ ਛੱਡਦੀ ਇੱਥੇ ਜਾਂਦੀ ਹੈ ਜਲੇਬੀਆਂ ਚੰਗਾ ਬੇਬੇ ਧਿਆਨ ਨਾ ਜਾਇਓ ਚੰਗਾ ਧੀਏ ਬੁੜੇ ਨੂੰ ਬਹੁਤਾ ਨੀ ਰੋਣ ਦੀ ਲੋੜ ਠੀਕ ਹੈ ਬੇਬੇ ਧਿਆਨ ਨਾ ਜਾਇਓ ਅੱਛਾ ਧੀਏ ਚੰਗਾ ਬਿੰਦਰ ਖਿਆਲ ਰੱਖੀ ਆਪਣਾ ਚੰਗਾ ਭਾਬੀ ਮੈਂ ਤਾਂ ਸਾਰੀ ਰਾਤ ਯੂਟਿਊਬ ਤੇ ਸਰਚਾਂ ਮਾਰ ਮਾਰ ਕੇ ਦੇਖਿਆ ਕਿੱਦਾਂ ਰੋਂਦੇ ਨੇ ਹਾਊ ਟੂ ਕਰਾਇੰਗ ਡੈਡ ਬੋਡੀ ਚੱਲ ਕੋਈ ਨਾ ਇੱਥੇ ਰੋਣ ਦਾ ਮੌਕਾ ਹੀ ਨਹੀਂ ਚੱਲ ਕੋਈ ਨਾ ਭਾਬੀ ਹੁਣ ਤਾਂ ਨਿਬੜ ਗਿਆ ਚੰਗਾ ਠੀਕ ਆਪਣਾ ਖਿਆਲ ਰੱਖੀ ਠੀਕ ਭਾਬੀ ਚੰਗਾ ਹੋਰ ਬਾਲਾ ਨਾ ਕਰਿਆ ਕਰੋ ਚਰਨਾਂ ਨਾਲ ਠੀਕ ਹੈ ਬੀਬੀ ਅੱਛਾ ਆਪਦਾ ਵੀ ਧਿਆਨ ਰੱਖੀ ਹਾਂਜੀ ਬੀਬੀ ਠੀਕ ਓਏ ਆ ਜਾਓ ਭਾਈ ਹੁਣ ਮੇਰੇ ਸਾਲ ਕੋਲ ਸਾਰਾ ਦਿਨ ਲਾਤਾ ਉੱਥੇ ਲੈ ਜਾ ਤੈਨੂੰ ਚਾਚੀਆਂ ਤਾਈਆਂ ਪੈਸੇ ਦੇਣ ਲੱਗੀਆਂ ਸੀ ਲੈ ਲੈਂਦਾ ਉਹਨਾਂ ਨੂੰ ਕਹਿੰਦਾ ਡਰਾਈਵਰ ਨੂੰ ਮੈਂ ਆਪੇ ਸਮਝ ਜਾਊਂਗਾ ਨਾ ਇਹ ਕਿਹੜੀ ਗੱਲ ਹੋਈ ਗੱਡੀ ਵਾਲੇ ਨੇ 1500 ਰੁਪਇਆ ਲਿਆ ਕਾਕਾ ਚੁੱਪ ਕਰ ਜਾ ਮੇਰੀ ਮਾਂ ਨਾ 200 ਰੁਪਇਆ ਦੇਣ ਲੱਗੀਆਂ ਸੀ 200 ਰੁਪਇਆ ਕਿੱਦੇ ਦਰ ਕੇ ਲੈ ਜੀ ਹੋ ਗਿਆ ਜੀ ਪੈਸੇ ਦੇ ਤੇ ਅੱਜ ਕੱਲ ਮਾੜੀ ਮੋਟੀ ਐਡਵਾਂਸ ਸੋਚ ਰੱਖਿਆ ਕਰੋ ਜ਼ਮਾਨੇ ਦੇ ਕਿੱਥੇ ਪਹੁੰਚ ਗਿਆ ਰੱਖਿਆ ਕਰੋ ਐਡਵਾਂਸ ਪੈਸੇ ਨਹੀਂ ਲੈ ਮੇਤੋਂ 55 ਦਾ ਹਿਸਾਬ ਲੈਂਦਾ ਮੇਤੋਂ 55 ਦਾ ਹਿਸਾਬ ਨਹੀਂ ਲੈਂਦਾ ਚੁੱਪ ਕਰ ਜਾ ਕਰ ਬੀਬੀ ਕਿਸੇ ਵਕਤ ਕਿਹਨੂੰ ਲਾਏਂਗੀ ਤੂੰ ਲੈ ਕੇ ਆਇਆ ਉੱਥੇ 200 ਰੁਪਇਆ ਦਿੰਦੀਆਂ ਸੀ ਇੱਕ ਤੇ ਧਰ ਲਈ 200 ਰੁਪਇਆ ਮੈਂ ਨਹੀਂ ਇਹਦੇ ਕੋਲ ਬੈਠਣਾ ਨਾ ਬੈਠਾ ਅੱਗੇ ਮੇਰੇ ਨਾਲ ਨਹੀਂ 40 ਸਾਲ ਦੀ ਹੈ ਹੁਣ ਮੇਰੇ ਤੋਂ ਮੁਸ਼ਕ ਮਾਰਦਾ ਤੈਨੂੰ ਭੌਂਕ ਨਾ ਬਹੁਤਾ ਹੈਲੋ ਹਾਂਜੀ ਅਸੀਂ ਕਰ ਹਾਂ ਇਹਦੀ ਲੜਾਈ ਛੱਡਦੀ ਹੋਈ ਛੱਡਦੀ ਨਹੀਂ ਉਹ ਲਈ ਅੱਛਾ ਆ ਬੈਠੇ ਪ੍ਰੀਤ ਨਾਲ ਕਰਾ ਲੈਣਾ ਗੱਲ ਪ੍ਰੀਤ ਸਾਹਮਣ ਕਾਲਾ ਪ੍ਰੀਤ ਗੱਲ ਕਰੀ ਤੇ ਭਾਈ ਦਾ ਫੋਨ ਆ ਕਿਹਦਾ ਫੋਨ ਆ ਹੈਲੋ ਤੇਰੇ ਭਾਈ ਦਾ ਫੋਨ ਹਾਂ ਵੀਰੇ ਸਤਿ ਸ੍ਰੀ ਅਕਾਲ ਅੱਛਾ ਕਦੋਂ ਓਹੋ ਕੋਈ ਨਾ ਫਿਰ ਅਸੀਂ ਹੁਣੇ ਆਉਂਦੇ ਹਾਂ ਅਸੀਂ ਤਾਂ ਉਹ ਬਿੰਦਰ ਕੇ ਗਏ ਹੋਏ ਸੀਗੇ ਉਹਦਾ ਸਹੁਰਾ ਪੂਰਾ ਹੋ ਗਿਆ ਹੁਣੇ ਆ ਕੇ ਬੈਠੇ ਚੱਲ ਮੈਂ ਭਾਪੇ ਨਾਲ ਗੱਲ ਕਰਦੀ ਹਾਂ ਦੇਖਦੀ ਹਾਂ ਫਿਰ ਹੁਣੇ ਆਉਂਦੇ ਹਾਂ ਚੱਲ ਠੀਕ ਆ ਕੀ ਹੋ ਗਿਆ ਭਾਈ ਰਾਜੀ ਖੁਸ਼ੀਆਂ ਸਾਰੇ ਤਾਂ ਪਾਪਾ ਜੀ ਭਾਬੀ ਦੇ ਸੱਟ ਲੱਗੀ ਪੌੜੀ ਤੋਂ ਗਿਰ ਗਈ ਤੇਰਾ ਭਲਾ ਹੋ ਜੇ ਭਾਈ ਸੁਨਾਮ ਫਿਰਦੇ ਨੇ ਕੋਈ ਦਿਲ ਤਾਂ ਇਹ ਸਾਲਕਣੀ ਦੀ ਜਦੋਂ ਆਹ ਚਾਵਲ ਮੂੰਹ ਤੋਂ ਬੋਲਦੀ ਹੈ ਨਾ ਕੋਈ ਨਾ ਕੋਈ ਸੱਪਾ ਖੜਾ ਕਰਦੀ ਹੈ ਇਹ ਕਾਹਨੂੰ ਕਹਿਣਾ ਯਾਰ ਐਂ ਬੋਲਣਾ ਆਈ ਮਾਈ ਮੇਰੇ ਸਿਰ ਸੱਟ ਦਿਆ ਕਰ ਸਾਰੀ ਤੂੰ ਬੀਬੀ ਸੱਟ ਕਿਤੇ ਲੱਗੀ ਆ ਬੀਬੀ ਮਰਿਆ ਕੋਈ ਆ ਇਹਨੂੰ ਨਹੀਂ ਕਿਹਾ ਇਹ ਟਕਿਆ ਲਾ ਓਏ ਟਕਿਆ ਲਾ ਇਹਨੂੰ ਕੋਈ ਨਾ ਕੋਈ ਨਾ ਮੈਂ ਨਾ ਮੇਰੇ ਸਾਲਕਣੀ ਦੇ ਗੋਡੇ ਕਰ ਦੂੰ ਤੇ ਕੋਈ ਨਾ ਕੋਈ ਨਾ ਪੈ ਜਾ ਬ੍ਰੈਡ ਵੱਧਦਾ ਬੀਬੀ ਵੱਧ ਜਾਂਦਾ ਕਿਆ ਲਾ ਪਾਪਾ ਜੀ ਪੈ ਜਾ ਫਿਰ ਅਸੀਂ ਜਾਈਏ ਇਹ ਖਬਰ ਲੈਣ ਕਿ ਸਵੇਰੇ ਜਾਈਏ ਸਵੇਰੇ ਕਿਉਂ ਜਾਣਾ ਭਾਈ ਸੁੱਖੀ ਸਾਦੀ ਤੁਸੀਂ ਹੁਣੀ ਜਾਓ ਆਪਾਂ ਹੁਣ ਇਹ ਕਰਦੇ ਆ ਘੰਟੇ ਨੂੰ ਮੁੜ ਆਵਾਂਗੇ ਲੈ ਕੇ ਖਬਰ ਆਹੋ ਠੀਕ ਆ ਘੰਟੇ ਨੂੰ ਕਿਉਂ ਆਉਂਗੇ ਮੇਰੇ ਸਾਲੇ ਰਾਤ ਰੂਤ ਰਹਿ ਕੇ ਆਇਓ ਹੈ ਆਉਂਦੇ ਆਉਂਦੇ ਲੋਕ ਐਕਸੀਡੈਂਟ ਹੋਏ ਨਾ ਕਈ ਵਾਰੀ ਦਾਰੂ ਦੂਰੂ ਪੀ ਫਿਰਦੇ ਹੁੰਦੇ ਨੇ ਹੈ ਤੁਸੀਂ ਲਾ ਕੇ ਉਹਨਾਂ ਦੀ ਕਰਾ ਦਿਓ ਉੱਥੇ ਭਗ ਜੀ ਬੀਬੀ ਇਹਨੂੰ ਵੀ ਭਗ ਜਾ ਮੰਮੀ ਜੀ ਭਗ ਜੀ ਭਗ ਜਾ ਪਹਿਲੇ ਤੇ ਸਾਨੂੰ 1000 ਰੁਪਿਆ ਦੇ ਦੇ ਉੱਥੇ ਲਾਉਣਾ ਪੈ ਜਾਂਦਾ 1000 ਕਿ ਲੈ ਜਾਣਾ 5000 ਰੁਪਏ ਲੈ ਜਾ ਹੋਰ ਵੀ ਤਾਂ ਲੱਗਦੀ ਨੇ ਉਹ 3 4 5
ਨਿਬੜ ਗਿਆ ਸੁਨਾਮ ਆ ਫਿਰ ਤਾਂ ਅਸੀਂ ਹੁਣੀ ਆ ਜਾਂਗੇ ਆਥਣੇ ਆਥਣੇ ਕਾਹਨੂੰ ਆਉਣਾ ਅਸੀਂ ਰਾਮ ਨਾਲ ਕੱਲੂ ਗੁੱਲੂ ਚੰਗਾ ਦੂਜੀ ਦੇਖਣੀ ਤੂੰ ਹੀ ਬਣਾ ਲਾ ਬੱਦਲ ਹੋ ਗਿਆ ਤੇ ਮੀਂਹ ਮੂੰਹ ਨਾ ਉਤਰਿਆ ਵੇ ਗਿਆਰਾਂ ਵੱਜ ਗਏ ਮੇਰਾ ਸਲਾ ਬਾਰਾਂ ਵਜੇ ਆਈ ਜਾਂਦਾ ਨਾ ਸੂਈਆਂ ਇੱਧਰ ਉੱਧਰ ਹੋ ਗਈਆਂ ਜੀਆਂ ਤੇਰਾ ਭਾਦੋ ਚੜ ਗਿਆ ਆਏ ਹਾਏ ਲੱਗਦਾ ਪਹਾੜ ਫੋੜ ਦਾ ਮੀਂਹ ਨਾ ਆ ਜੇ ਹੈ ਕਾਫੀ ਲਸ਼ਕੀ ਜੇ ਜਾਂਦਾ ਨਾ ਦੇਵਾਂ ਤੇਰੇ ਹਲਕ ਚ ਡਾਂਗ ਤੇਰੀ ਐਂ ਖੰਘ ਹਟ ਜਾਊ ਮੈਂ ਤੈਨੂੰ ਕੀ ਕਹਿਣਾ ਹੈ ਮੈਂ ਤਾਂ ਤੈਨੂੰ ਐਂ ਕਿਹਾ ਮੈਂ ਕਿਹਾ ਬੱਦਲਿਆ ਜਾਂ ਲਸ਼ਕੀ ਜਾਂਦਾ ਕਦੇ ਆਪਾਂ ਨੂੰ ਅੰਦਰ ਨਾ ਪੈਣਾ ਪੈ ਜੀ ਐਡਾ ਤਾਂ ਚੰਨ ਚੜਿਆ ਪਿਆ ਤੈਨੂੰ ਬੱਦਲ ਕਿੱਧਰ ਦਿਸਦਾ ਸੰਗਤੀ ਵਾਲੇ ਕਦੇ ਦੇਖਤਾ ਸੀ ਕਿਵੇਂ ਲਸ਼ਕੀ ਜਾਂਦਾ ਮੈਂ ਕਹਿੰਦੀ ਮੈਂ ਕਿਹਾ ਆਪਾਂ ਅੰਦਰ ਨਾ ਪੈ ਜੀਏ ਉਹ ਪਹਿਲਾਂ ਚੁੱਪ ਕਰਕੇ ਅੰਦਰ ਪੈਣਾ ਉੱਥੇ ਇਹਨੂੰ ਮਚੋਰੇ ਨੂੰ ਕੋਈ ਚੱਜ ਦੀ ਗੱਲ ਆਈ ਮੈਂ ਭਰਾ ਤੇਰੇ ਕਰੰਟ ਮਾਰਦਾ ਹੈ ਮੰਜਾ ਗਾਂ ਗਾਂ ਖਿੱਚੀ ਜਾਂਦੀ ਹੈ ਮੈਂ ਤੈਨੂੰ ਐਂ ਕਹਿੰਦੀ ਕੋਈ ਕਬੀਲਦਾਰੀ ਆਪਾਂ ਗੱਲ ਕਰ ਲੈਂਦੇ ਹਾਂ ਅੱਧੀ ਰਾਤ ਨੂੰ ਤੈਨੂੰ ਕਬੀਲਦਾਰੀ ਚੇਤੇ ਆਉਂਦੀ ਹੈ ਦਿਨੇ ਤੂੰ ਮੇਰੀ ਬਾਤ ਨਹੀਂ ਪੁੱਛਦਾ ਮੈਂ ਤੈਨੂੰ ਐਂ ਕਹਿੰਦਾ ਸੀ ਹੋ ਹਾਂ ਸੁਣਤਾ ਲੈ ਕੰਜਰ ਦਾ ਜਵਾਕਾਂ ਬਿਨਾਂ ਘਰ ਭਾਂ ਭਾਂ ਕਰਦਾ ਹੈ ਕੰਧਾਂ ਖਾਣ ਨੂੰ ਆਉਂਦੀਆਂ ਨੇ ਆਹੋ ਹੈ ਤੇਰੇ ਜ਼ਿਆਦਾ ਸੁਰਜੀਤ ਕਰੇ ਜੇਠ ਦੇ ਮਹੀਨੇ 'ਚ ਦੇਖ ਲੈ ਆਪਣਾ ਵਿਆਹ ਹੋਇਆ ਸੀ ਜੇਠ ਦੇ ਮਹੀਨੇ 'ਚ ਮੈਂ ਤੇਰਾ ਮਕਲਾਵਾ ਲੈ ਕੇ ਆਇਆ ਸੀ ਆਹੋ ਯਾਦ ਵਾ ਜਦੋਂ ਮੇਰੇ ਪਿਓ ਨੇ ਤੇਰੇ ਲੜ ਲਾਈ ਸੀ ਫੁੱਟੀ ਸੀ ਮੇਰੀ ਕਿਸਮਤ ਸਾਰਾ ਦਿਨ ਤੰਦੂਰ ਮੰਗੂ ਤੱਤੀ ਰਹਿਣਾ ਕਦੇ ਮੋਹ ਮੁਹੱਬਤ ਦੀ ਗੱਲ ਵੀ ਕਰ ਲਿਆ ਕਰ ਹੈ ਨਿੱਕੇ ਨਿਆਣੇ ਘਰੇ ਨਹੀਂ ਗਏ ਆਪਾਂ ਕੋਈ ਕਬੀਲਦਾਰੀ ਦੀ ਗੱਲ ਕਰ ਲੈਂਦੇ ਹਾਂ ਹੈ ਆਪਣੀ ਮੈਂ ਦੇਖ ਲੈ ਬੂਰੀ ਹੈ ਫਿਰ ਤਾਰਾਂ ਦੀ ਜਾਂਦੀ ਹੈ ਹੋ ਆਹੋ ਬਾਰਾਂ ਵੱਜ ਗਏ ਹੁਣ ਸੋਨਾ ਕਸਾਵਾਂ ਮੈਂ ਡਾਂਗਾਂ ਨਾਲ ਨਾ ਸੌਂਦਾ ਨਾ ਸੌਣ ਦਿੰਦਾ ਕੰਜਰ ਤੂੰ ਨਹੀਂ ਆਉਂਦੀ ਲਾਈਨ ਤੇ ਕੁਲਚਾ ਮਰਾ ਵੀ ਜੇ ਚੱਕ ਲਿਆ ਨਾ ਫੋੜਾ ਮੇਰੇ ਸਲ ਦੀ ਅੱਧੀ ਰਾਤ ਨੂੰ ਵਿਹੜੇ 'ਚ ਗਿੱਧੀ ਪੂਰੇ ਛਡਾਉਣਾ ਵੀ ਨਹੀਂ ਕਿਸੇ ਨੇ ਇਹੋ ਜਿਹੀ ਕਰਤੂਤ ਦੀ ਮਾਲਕ ਨਾ ਤਾਂ ਫੋੜੇ ਖਾਂਦੀਆਂ ਮੇਰੇ ਤੋਂ ਸਾਲਕਣੇ ਦੀ ਮੈਂ ਤਾਂ ਸੋਚਿਆ ਦੀ ਜਵਾਕ ਗਏ ਨੇ ਦੋ ਮਿੰਟ ਇਲੂ ਇਲੂ ਕਰ ਲਾਂਗੇ ਹੈ ਚਿਹਰੇ ਨੂੰ ਸ਼ਰਮ ਆਉਂਦੀ ਜਾਇਆ ਵੱਢੀ ਦੇ ਨੂੰ ਕੰਜਰ ਲੁੱਚਾ ਬੁੜਾ ਕੁੱਤਾ